ਮੈਂ ਸ਼ਬਦ ਕੀਰਤਨ ਜਾਂ ਜੋ ਵੀ ਸਟੇਜ ਤੇ ਗਾਉਂਦਾ ਸੀ ਨਾ ਮੈਂ ਉਦੋਂ ਵੇਖ ਕੇ ਬੜਾ ਪ੍ਰਭਾਵਿਤ ਹੋਣਾ ਸੀ ਕਿ ਕਿਉਂ ਨਾ ਹੋਵੇ ਕਿ ਮੈਂ ਵੀ ਇਦਾਂ ਗਾਵਾਂ ਤੇ ਲੋਕ ਮੈਨੂੰ ਸੁਣਨ ਤੇ ਉਹ ਚੀਜ਼ ਬਸ ਸਕੂਲ ਟਾਈਮ ਤੋਂ ਸ਼ੁਰੂ ਹੋ ਗਈ ਜੀ ਤੇ ਫਿਰ ਉਹਨੇ ਕਹਿਣਾ ਮੈਨੂੰ ਤੇ ਇੱਕ ਸਰਗਮ ਆਉਂਦੀ ਤੈਨੂੰ ਮਸਖਾ ਦੇਣਾ ਹੂੰ ਕਿਸੇ ਕੋ ਸਰਗਮ ਸਿੱਖ ਲਈ ਕਿਸੇ ਕੋ ਸ਼ਬਦ ਸਿੱਖ ਲਿਆ ਕਿਸੇ ਕੋ ਗਾਣੇ ਦੇ ਦੋ ਬੋਲ ਸਿੱਖ ਲਏ ਚਾਰ ਦੇ ਵਿੱਚ ਹੂੰ ਮੈਂ ਹਰਮੰਦਰ ਸਾਹਿਬ ਵਾਇਲਨ ਪਲੇ ਵੀ ਕੀਤੀ ਹੈ ਅੱਛਾ ਤੇ ਉਦੋਂ ਮਤਲਬ ਮੈਂ ਪਰਫੈਕਟ ਹੋ ਚੁੱਕਾ ਸੀ ਹੂੰ ਤੇ ਜਿਹੜੇ ਜੱਥੇ ਨਾਲ ਮੈਨੂੰ ਮੌਕਾ ਮਿਲਿਆ ਬਾਇੰਸ਼ਰੀ ਦਾ ਉਹ ਕਹਿੰਦੇ ਵੀ ਸਾਡੇ ਨਾਲ ਉਹ ਕਹਿੰਦੇ ਕਿ ਸਾਜ਼ ਕੋਈ ਹੋਵੇ ਤੇ ਸਾਨੂੰ ਹਾਜ਼ਰੀ ਮਿਲੇਗੀ ਤੇ ਤੂੰ ਵਜਾ ਦੇ ਤੇ ਨਾਲ ਟੀਮ ਨੂੰ ਲੀਡ ਕਰਨਾ ਜੀ ਲਗਭਗ ਮੇਰਾ ਮੇਰੀ ਅਟਰੈਕਸ਼ਨ ਉਹ ਉਸ ਜਗ੍ਹਾ ਤੇ ਹੁੰਦੀ ਸੀ ਕਿ ਮੈਂ ਆਪਣੀ ਟੀਮ ਨੂੰ ਲੀਡ ਕਰਾਂ ਹੂੰ ਜਿਹੜੀ ਵਿੱਚ ਤੇ ਇਹੋ ਹੀ ਕਾਰਨ ਦੇ ਆਇਆ ਕਿ ਮੈਂ ਸਭ ਨਾਲੋਂ ਅਲੱਗ ਹੀ ਰਿਹਾ ਹਾਂ ਮੇਰੀ ਸੋਚ ਬਖਰੀ ਰਹੀ ਆ ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਆਖਦੇ ਆ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਸਾਡੀ ਕੋਸ਼ਿਸ਼ ਹੁੰਦੀ ਹੈ ਕੁਝ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਇਆ ਜਾਏ ਜਿਨ੍ਹਾਂ ਨੇ ਸਮਾਜ ਪ੍ਰਤੀ ਜਾਂ ਕਿਸੇ ਖੇਤਰ ਦੇ ਵਿੱਚ ਆਪਣਾ ਨਾਮ ਖਟਿਆ ਹੋਵੇ ਕੁਝ ਪ੍ਰਾਪਤੀਆਂ ਕੀਤੀਆਂ ਹੋਣ ਤੇ ਜਦੋਂ ਗੱਲ ਤੁਰਦੀ ਹੈ ਸਾਹਿਤ ਦੀ ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਅਸੀਂ ਸਾਹਿਤ ਦੀ ਗੱਲ ਬਹੁਤ ਕਰਦੇ ਹਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਸੋ ਅੱਜ ਸਾਹਿਤ ਦੇ ਨਾਲ ਹੀ ਇੱਕ ਹੋਰ ਚੀਜ਼ ਜਿਹੜੀ ਹਮੇਸ਼ਾ ਹੀ ਜੁੜੀ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਭਾਵ ਸੰਗੀਤ ਤੇ ਮੈਂ ਕਹਿਣਾ ਹੁਣ ਨਾ ਬਈ ਸੰਗੀਤ ਔਰ ਸਾਹਿਤ ਇਹ ਦੋ ਸੱਜੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਤੇ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨਹੀਂ ਆਉਂਦੀ ਬਲਕਿ ਸਮਾਜ ਦੇ ਵਿੱਚ ਵੀ ਇੱਕ ਜਿਹੜੀ ਹੈ ਰੂਪ ਹੂਕਣ ਦਾ ਕੰਮ ਕਰਦਾ ਹੈ ਸਾਹਿਤ ਤੇ ਸੰਗੀਤ ਸੰਗੀਤ ਇੱਕ ਇਹੋ ਜਿਹੀ ਕਲਾ ਜਿਹਦਾ ਮਾਧਿਅਮ ਧੁਣਾ ਵੀ ਹੈ ਤੇ ਚੁੱਪ ਵੀ ਹੈ ਸੰਗੀਤ ਚੁੱਪ ਚੋਂ ਹੀ ਪੈਦਾ ਹੁੰਦਾ ਹੈ ਸੰਗੀਤ ਧੁਣਾ ਵਿੱਚੋਂ ਹੀ ਪੈਦਾ ਹੁੰਦਾ ਹੈ ਇਹ ਬਰੀਕੀਆਂ ਜਿਹੜੀਆਂ ਨੇ ਉਹ ਕਿਵੇਂ ਪਤਾ ਲੱਗਦੀਆਂ ਨੇ ਇਹਨਾਂ ਬਰੀਕੀਆਂ ਦੀਆਂ ਪ੍ਰਾਪਤੀਆਂ ਕਰਨ ਤੋਂ ਬਾਅਦ ਅਸੀਂ ਸਮਾਜ ਨੂੰ ਕਿਦਾਂ ਦਾ ਸੰਗੀਤ ਦੇ ਸਕਦੇ ਹਾਂ ਬਾਬਾ ਗੁਰਨਾਨਕ ਸਾਡੇ ਵਾਸਤੇ ਇੱਕ ਬਹੁਤ ਵੱਡੀ ਐਗਜ਼ੈਂਪਲ ਹੈਗੀ ਹੈ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਹੀ ਉਜ਼ੀਮ ਸ਼ਖਸੀਅਤ ਜਿਨ੍ਹਾਂ ਦੀ ਬਹੁਤ ਹੀ ਸੁਰੀਲੀ ਆਵਾਜ਼ ਬਹੁਤ ਪਿਆਰਾ ਗੜਾ ਔਰ ਲਗਾਤਾਰ YouTube ਤੇ ਪਿਛਲੇ ਕੁਝ ਸਮੇਂ ਦੇ ਵਿੱਚ ਕਾਫੀ ਗੀਤ ਉਹਨਾਂ ਦੇ ਉਹ ਸਾਨੂੰ ਸੁਣਨ ਨੂੰ ਮਿਲੇ ਆ ਉਹਨਾਂ ਦੀਆਂ ਵੀਡੀਓ ਸਾਨੂੰ ਦੇਖਣ ਨੂੰ ਮਿਲੀਆਂ ਨੇ ਕਹਿੰਤੋਪਾਵ ਸਿੰਘ ਦੀਪ ਜੀ ਸੋ ਪਹਿਲਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਆਨੁ ਆਖਦੇ ਆ ਸਤਿ ਸ਼੍ਰੀ ਅਕਾਲ ਭਾਜੀ ਮੇਰੇ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਨੁ ਜੀ ਪ੍ਰੋਗਰਾਮ ਦੇ ਵਿੱਚ ਤੇ ਸਿੰਘਦੀਪ ਜੀ ਸੰਗੀਤ ਦੀ ਗੱਲ ਜਦੋਂ ਤੁਰਦੀ ਹੈ ਤੇ ਸੰਗੀਤ ਦਾ ਸਬੰਧ ਰੂਹ ਦੇ ਨਾਲ ਹੁੰਦਾ ਹੈ ਬਿਲਕੁਲ ਔਰ ਰੂਹ ਦੇ ਜਿਹੜੇ ਸੋਦੇ ਹੁੰਦੇ ਹਨ ਵੀ ਇਹ ਇਦਾਂ ਨਹੀਂ ਵੀ ਰਾਹ ਜਾਂਦੇ ਲੱਗ ਜਾਂਨ ਸੋ ਇਹ ਬੜੀ ਇੱਕ ਖਾਸ ਇੱਕ ਸਮਾਂ ਹੁੰਦਾ ਹੈ ਖਾਸ ਮੌਕਾ ਹੁੰਦਾ ਹੈ ਆ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿ ਜਦੋਂ ਰੂਹਾਂ ਦਾ ਜੋੜ ਜੁੜਦਾ ਹੈ ਸੋ ਸੰਗੀਤ ਨਾਲ ਰਿਸ਼ਤਾ ਭਾਵੇਂ ਕਿ ਜੇ ਤੁਸੀਂ ਨਹੀਂ ਵੀ ਚਾਹੁੰਦੇ ਤਾਂ ਵੀ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਕਿ ਬਚਪਨ ਜਦੋਂ ਬੱਚਾ ਬਹੁਤ ਛੋਟੀ ਉਮਰ ਦਾ ਹੁੰਦਾ ਨਾ ਕੁਝ ਮਹੀਨਿਆਂ ਦਾ ਕੁਝ ਦਿਨਾਂ ਦਾ ਕੁਝ ਹਫ਼ਤਿਆਂ ਦਾ ਉਹਨੂੰ ਕੋਈ ਸ਼ਬਦਾਂ ਦੀ ਕੋਈ ਸੁਰਾਂ ਦੀ ਕੋਈ ਲੈ ਦੀ ਕੋਈ ਤਾਲ ਦੀ ਸਮਝ ਨਹੀਂ ਹੁੰਦੀ ਉਦੋਂ ਉਹਨੂੰ ਇੱਕ ਲੋਰੀ ਦਿੱਤੀ ਜਾਂਦੀ ਹੈ ਉਹ ਲੋਰੀ ਦੀ ਟੋਨ ਦੇ ਵਿੱਚ ਫਿਰ ਜਿਹੜੇ ਉਹਨੂੰ ਖਿਡੌਣੇ ਦਿੱਤੇ ਜਾਂਦੇ ਆ ਉਹ ਵੀ ਸ਼ਨਕਾਹਟ ਪੈਦਾ ਕਰਦੇ ਆ ਸੰਗੀਤ ਪੈਦਾ ਕਰਦੇ ਆ ਸੋ ਨਾ ਚਾਹੁੰਦੇ ਹੋਏ ਮਨੁੱਖ ਦਾ ਸਬੰਧ ਜਿਹੜਾ ਸੰਗੀਤ ਨਾਲ ਦਾ ਖੈਰ ਜੁੜੇ ਜਾਂਦਾ ਆ ਪਰ ਇਹਨੂੰ ਪ੍ਰੋਫੈਸ਼ਨਲ ਦੇ ਵਿੱਚ ਲੈ ਕੇ ਆਉਣਾ ਇਹ ਜਿਹੜੀ ਸਫਰ ਦੀ ਸ਼ੁਰੂਆਤ ਜਿਹੜੀ ਸੰਗੀਤ ਦੀ ਉਹ ਕਿੱਦਾਂ ਹੋਈ ਇਹ ਜਿਹੜੀ ਸਫਰ ਹੈ ਇਹ ਲਗਭਗ ਮੈਂ 10 ਸਾਲ ਦੀ ਜਦੋਂ ਉਮਰ ਸੀ ਉਦੋਂ ਮੈਨੂੰ ਇਸ ਦੀ ਜਿਹੜੀ ਇੰਟਰਸਟ ਇਹਦੀ ਚਿੰਗ ਲੱਗ ਗਈ ਜੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਸੰਗੀਤ ਬਾਰੇ ਉਹ ਇਹ ਆ ਕਿ ਇਨਸਾਨ ਦਾ ਜਮਣਾ ਵੀ ਸੰਗੀਤਮਈ ਆ ਬਿਲਕੁਲ ਜੀ ਤੇ ਮੌਤ ਤੋਂ ਬਾਅਦ ਵੀ ਸੰਗੀਤ ਆ ਬਿਲਕੁਲ ਜੀ ਤੇ ਭਾਵੇਂ ਬੱਚੇ ਦੀ ਬੱਚੇ ਦੇ ਰੋਣ ਵਿੱਚ ਵੀ ਇੱਕ ਸੰਗੀਤ ਹੈ ਬਿਲਕੁਲ ਤੇ ਉਹ ਇਹ ਇਸ ਨੂੰ ਵੀ ਬੜਾ ਵੱਡਾ ਵਿਸ਼ਾ ਆ ਇਹ ਕਿ ਬੱਚੇ ਦੇ ਇੱਕ ਰੋਣ ਤੋਂ ਹੀ ਮਾਂ ਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕੋਈ ਤਕਲੀਫ ਆ ਕਿ ਜਾਂ ਭੁੱਖ ਲੱਗੀ ਆ ਇਹ ਵੀ ਫਰਕ ਪੈ ਜਾਂਦਾ ਜਦ ਕਿ ਉਹਦੇ ਕੋਈ ਭਾਸ਼ਾ ਨਹੀਂ ਆ ਜੀ ਬਾਕੀ ਮੇਰੀ ਜਿਹੜੀ ਚਿੰਗਰੀ ਜਿਹੜੀ ਇਹ ਸੰਗੀਤ ਦਾ ਉਹ ਇਹ ਆ ਕਿ ਮੈਂ ਸ਼ਬਦ ਕੀਰਤਨ ਜਾਂ ਜੋ ਵੀ ਸਟੇਜ ਤੇ ਗਾਉਂਦਾ ਸੀ ਨਾ ਮੈਂ ਉਹਦੋਂ ਦੇਖ ਕੇ ਬੜਾ ਪ੍ਰਭਾਵਿਤ ਹੋਣਾ ਸੀ ਕਿ ਕਿਉਂ ਨਾ ਹੋਵੇ ਕਿ ਮੈਂ ਵੀ ਇਦਾਂ ਗਾਵਾਂ ਤੇ ਲੋਕ ਮੈਨੂੰ ਸੁਣ ਤੇ ਉਹ ਚੀਜ਼ ਬਸ ਸਕੂਲ ਟਾਈਮ ਤੋਂ ਸ਼ੁਰੂ ਹੋ ਗਈ ਜੀ ਦੂਸਰੀ ਤੀਸਰੀ ਕਲਾਸ ਤੋਂ ਜਦੋਂ ਪ੍ਰੇਅਰ ਕਰਦੇ ਬੱਚਿਆਂ ਨੂੰ ਵੇਖਣਾ ਜੀ ਤੇ ਬੜਾ ਮਨ ਨੂੰ ਇੱਕ ਆਮ ਤੌਰ ਤੇ ਸਾਰੇ ਸ਼ਬਦ ਕੀਰਤਨ ਕਰਦੇ ਆਪਣੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਤੇ ਮੇਰਾ ਸਾਰਾ ਇਹ ਹੈ ਦੀ ਉਹ ਚੱਲਦਾ ਰਹਿਣਾ ਕਿ ਮੈਂ ਵੀ ਉਹ ਕਰ ਸਕਦਾ ਮੈਂ ਵੀ ਉਹ ਕਰ ਸਕਦਾ ਔਰ ਇਹ ਕਹਿੰਦੇ ਨਾ ਲਾਅ ਆਫ ਅਟਰੈਕਸ਼ਨ ਜਿਹੜਾ ਉਹ ਜੋ ਤੁਸੀਂ ਸੋਚੋਗੇ ਫੀਲ ਕਰੋਗੇ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਉਹ ਚੀਜ਼ ਪਰਮਾਤਮਾ ਬਣਾ ਦਿੰਦਾ ਹੈ ਜਾਂ ਕੁਦਰਤ ਦਾ ਜੋ ਵੀ ਖੇਡ ਹੈ ਮੈਂ ਦੂਸਰੀ ਕਲਾਸ ਚ ਹੋਵਾਂਗਾ ਤੇ ਲਗਭਗ 6ਵੀਂ ਕਲਾਸ ਦੇ ਵਿੱਚ ਮੈਂ ਆਪਣੇ ਸਕੂਲ ਦੀ ਟੀਮ ਦੇ ਉੱਤੇ ਪ੍ਰੇਅਰ ਦੇ ਵਿੱਚ ਹਰਮੋਨੀਅਮ 4-5 ਸਾਲ ਦਸਵੀਂ ਤੱਕ ਮੈਂ ਪੀਦਾ ਪਲੇ ਔਰ ਕਾਫੀ ਕੰਪੀਟੀਸ਼ਨ ਜਿਹੜੇ ਆ ਉਹ ਮੈਂ ਜੀ ਲੀਡ ਕੀਤੇ ਜੀ ਤੇ ਉਹ ਬਸ ਉਸ ਤੋਂ ਕਹਿ ਲੋ ਜਿਹੜੀ ਮੋਟੀਵੇਸ਼ਨ ਲੋਕ ਪਿਆਰ ਦਿੰਦੇ ਹੌਲੀ ਹੌਲੀ ਲੱਗਾ ਕਿ ਯਾਰ ਬਹੁਤ ਵਧੀਆ ਬੜੀ ਇੱਜ਼ਤ ਮਿਲਦੀ ਆ ਸਾਰੇ ਪਾਸੇ ਸਕੂਲ ਦੇ ਵਿੱਚ ਮੇਰਾ ਅਲੱਗ ਰਤਬਾ ਅਲੱਗ ਜਿੱਦਾਂ ਨਜ਼ਰੀਏ ਨਾਲ ਵੇਖਣ ਲੱਗੇ ਜਦ ਕਿ ਪੜ੍ਹਾਈ 'ਚ ਮੇਰਾ ਕੋਈ ਇੰਨਾ ਨਹੀਂ ਸੀ ਜੀ ਇਹ ਚੀਜ਼ ਨੂੰ ਵੇਖਦੇ ਵੇਖਦੇ ਫਿਰ ਉਹ ਜਿੱਦਾਂ ਕਿ ਆਪਣੇ ਆਪ ਹੀ ਰਸਤੇ ਅੱਗੇ ਦੀ ਅੱਗੇ ਚੱਲਦੇ ਰਹੇ ਜੀ ਔਰ ਅੱਜ ਜਿੱਥੇ ਤੱਕ ਵੀ ਪਹੁੰਚੇ ਆ ਉਹ ਤੁਹਾਡੇ ਸਾਹਮਣੇ ਜੀ ਬਿਲਕੁਲ ਬਹੁਤ ਵਧੀਆ ਜੀ ਔਰ ਪਰਿਵਾਰ ਦੇ ਵਿੱਚ ਵੀ ਕੋਈ ਸੀਗਾ ਸੰਗੀਤਕ ਪਿਛੋਕੜ ਪਹਿਲਾਂ ਨਹੀਂ ਵੀ ਪਰਵਾਰ ਤੇ ਸਾਡੇ ਖਾਨਦਾਨ 'ਚ ਕੋਈ ਨਹੀਂ ਐ ਸਾ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਮੇਰੇ ਦਾਦੀ ਜੀ ਉਹ ਜਦੋਂ ਲੇਡੀ ਸੰਗੀਤ ਹੁੰਦਾ ਸੀ ਕਿਤੇ ਵੀ ਹੋ ਜਾਣਾ ਉਹਨਾਂ ਦੇ ਕੋਈ ਕੋਈ ਹੁੰਦੇ ਨਾ ਇਨਸਾਨ ਕਿ ਜੋ ਜਿੱਥੇ ਵੀ ਜਾਂਦੇ ਰੌਣਕ ਲਾ ਦਿੰਦੇ ਉਹ ਉਹਨਾਂ ਚੋਂ ਸੀ ਰੌਣਕ ਕਿਸ ਬਾਹ ਹਾਂ ਬਿਲਕੁਲ ਜੀ ਉਹ ਜਿੱਦਾਂ ਦਾ ਮਰਜੀ ਮਾਹੌਲ ਬਣਿਆ ਹੁੰਦਾ ਜਦੋਂ ਉਹਨਾਂ ਨੇ ਆਪਣੀ ਸ਼ੁਰੂਆਤ ਕਰਨੀ ਤੇ ਉਹ ਮੈਂ ਜਦੋਂ ਦੇਖਦਾ ਨਹੀਂ ਛੋਟੇ ਹੁੰਦੇ ਆ ਕਿ ਮੈਂ ਅਕਸਰ ਮੇਰਾ ਦਾਦੀ ਨਾਲ ਜਾਦਾ ਰਿਹਾ ਤੇ ਉਹ ਵੀ ਇੱਕ ਸੰਗੀਤ ਜਿਹੜਾ ਸਾਡੇ ਲੋਕ ਗੀਤ ਜਾਂ ਜੋ ਵੀ ਲੇਡੀ ਸੰਗੀਤ ਦੇ ਵਿੱਚ ਗਾਏ ਜਾਂਦੇ ਆ ਉਹ ਵੇਖਣਾ ਕਿ ਦਾਦੀ ਦੇ ਜੋ ਜਿੱਦਾਂ ਸਾਰੇ ਚੋਪ ਹੋ ਜਾਂਦੇ ਆ ਸੁਣਨ ਵਾਸਤੇ ਤੇ ਇਹ ਮੈਨੂੰ ਇਸ ਚੀਜ਼ ਤੋਂ ਬੜਾ ਮੋਟੀਵੇਟ ਹੁੰਦਾ ਸੀ ਤੇ ਬਸ ਇਸ ਤਰ੍ਹਾਂ ਕਰਦੇ ਔਰ ਮੇਰਾ ਸੰਗੀਤ ਦਾ ਜਿਹੜਾ تعلیم ਉਹ ਅਲੱਗ ਚੀਜ਼ ਆ ਪਰ ਜਦੋਂ ਆਪਾਂ ਕਹਿੰਦੇ ਨਾ ਚਿੰਗ ਲੱਗਣੀ ਉਹ ਇਹਨਾਂ ਚੀਜ਼ਾਂ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਜੀ ਜੀ ਬਿਲਕੁਲ ਜੇ ਤੁਸੀਂ ਇਸ ਖੇਤਰ ਦੇ ਵਿੱਚ ਆ ਜਾਣਾ ਸੰਗੀਤ ਸ਼ੁਰੂਆਤ ਹੁੰਦੀ ਬਚਪਨ ਦੇ ਵਿੱਚ ਉੱਥੇ ਉਹਦਾ ਪਰਿਵਾਰਕ ਸਹਿਯੋਗ ਕਿਦਾਂ ਦਰਿਆ ਜਾਂ ਹੁਣ ਤੁਸੀਂ ਉਦੋਂ ਕਿ ਇੱਕ ਬੱਚਾ ਹੁੰਦਾ ਨਾ ਬੱਚੇ ਨੂੰ ਸ਼ੌਂਕ ਹੈ ਜੇ ਆਪਾਂ ਬੱਚੇ ਨੂੰ ਪਾ ਦਿੰਦੇ ਆ ਮਾਤਾ ਪਿਤਾ ਉਸ ਫੀਲਡ ਵਿੱਚ ਭੇਜ ਦਿੰਦੇ ਆ ਵੱਡਾ ਹੋ ਕੇ ਬੰਦੇ ਕੀਰਤਨ ਕਰਨ ਲੱਗ ਪਏ ਕਰ ਸਤਿਕਾਰ ਨਾਲ ਲੱਗ ਪਏ ਫਿਰ ਆਪਾਂ ਮਲੇ ਗਾਈ ਕੀ ਵਾਲੇ ਪਾਸੇ ਆ ਗਏ ਤੇ ਇਹਦੇ ਵਿੱਚ ਕਿਦਾਂ ਦਾ ਸਹਿਯੋਗ ਰਿਹਾ ਪਰਵਾਹ ਦਾ ਮੇਰਾ ਜੀ ਕਿਸੇ ਨੇ ਮੈਨੂੰ ਇਹ ਨਹੀਂ ਆਖਿਆ ਕਿ ਤੂੰ ਇਹ ਸਿੱਖ ਜੀ ਔਰ ਨਾ ਹੀ ਮੈਨੂੰ ਮਤਲਬ ਇਹ ਜ਼ਰੂਰ ਏ ਕਿ ਮੈਨੂੰ ਇੰਟਰਸਟ ਜਦੋਂ ਪੈਦਾ ਹੋਇਆ ਤੇ ਮੈਂ ਬਚਪਨਾਂ ਸੀ ਸਮਝ ਨਹੀਂ ਸੀ ਜੀ ਤੇ ਨਾਲ ਤੇ ਮੈਂ ਕਿਉਂਕਿ ਜਿਹੜੀ ਲੜਕੀ ਸਕੂਲ ਚ ਪਲੇ ਕਰਦੀ ਸੀ ਹਰਮੋਨੀਅਮ ਪ੍ਰੇਅ ਦੇ ਵਿੱਚ ਮੈਂ ਉਹਨਾਂ ਨੂੰ ਕਹਿ ਕੇ ਦੀਦੀ ਮੈਂ ਸਿੱਖਣਾ ਚਾਹੁੰਨਾ ਆ ਕਿਉਂਕਿ ਉਹ ਕਹਿੰਦੀ ਮੈਨੂੰ ਤਾਂ ਦੋ ਤਿੰਨ ਸ਼ਬਦ ਹੀ ਆਉਂਦੇ ਆ ਜਿਹੜੇ ਪ੍ਰੇਅਰ ਵਾਲੇ ਆ ਤੇ ਤੂੰ 뮤జిక్ ਟੀਚਰ ਕੋਲ ਤੁਸੀਂ ਸਿੱਖੋ ਤੇ 뮤జిక్ ਟੀਚਰ ਹੁਣ ਕਈ ਟੀਚਰ ਬੱਚੇ ਆ ਜਿਹੜੇ ਦੂਸਰੀ ਦੀ ਸਰੀ ਦੇ ਉਹਦੇ ਟੀਚਰ ਨੂੰ ਵੇਖਿਆ ਜਿਹੜੇ ਉਹਦਾ ਘਰ ਲੱਗਦਾ ਕਮਰਾ ਅੰਦਰ ਹੀ ਆ ਤੇ ਮੈਂ ਕਵਰ ਉਹਦੇ ਨੂੰ ਦੱਸਿਆ ਹੀ ਨਹੀਂ ਵੀ ਮੈਂ ਸਿੱਖਣਾ ਚਾਹੁੰਦਾ ਆ ਵੀ ਲੇਕਿਨ ਇਹ ਕਹ ਲੋ ਕਿ ਜਿੱਦਾਂ ਅੰਦਰ ਤਲਬ ਹੋਣੀ ਇਹ 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 ਮੇਨ ਜ਼ਰੂਰੀ ਹੁੰਦਾ ਕਿ ਇਹ ਜਿੱਦਾਂ ਪ੍ਰਮਾਤਮਾ ਵੱਲੋਂ ਹੀ ਰੂਹ ਹੀ ਐਸੀ ਹੁੰਦੀ ਆ ਤੇ ਮੈਨੂੰ ਪਸੰਦ ਹੀ ਆਉਣਾ ਜੀ ਤੇ ਮੈਂ ਕਦੀ ਕਿਸੇ ਨਾਲ ਡਿਸਕਸ ਕਰਨਾ ਜਿੱਦਾਂ ਮੈਨੂੰ ਚੰਗਾ ਲੱਗਣਾ ਕਿ ਮੈਨੂੰ ਤੇ ਫਿਰ ਉਹਨੇ ਕਹਿਣਾ ਮੈਨੂੰ ਤੇ ਇੱਕ ਸਰਗਮ ਆਉਂਦੀ ਤੈਨੂੰ ਮੈਂ ਸਿਖਾ ਦਿੰਨਾ ਹੂੰ ਔਰ ਕਿਸੇ ਕੋ ਸਰਗਮ ਸੇ ਸਿੱਖ ਲਈ ਕਿਸੇ ਕੋ ਸ਼ਬਦ ਸੇ ਸਿੱਖ ਲਿਆ ਕਿਸੇ ਕੋ ਗਾਣੇ ਦੇ ਦੋ ਬੋਲ ਸਿੱਖ ਲਏ ਤੇ ਇਸ ਤਰ੍ਹਾਂ ਕਰਦੇ ਕਰਦੇ ਇੰਟਰਸਟ ਬਣਦਾ ਬਣਦਾ ਫਿਰ ਮੇਰੀ ਮਾਂ ਨੇ ਵੇਖਿਆ ਹਮ ਕਿ ਇਹਨੂੰ ਇੰਟਰਸਟ ਬੜਾਇਆ ਜੀ ਤੇ ਮੈਨੂੰ ਉਹਨਾਂ ਨੇ ਬੜਾ ਇਸ ਚੀਜ਼ ਨੂੰ ਪ੍ਰਮੋਟ ਕਰਨ ਲਈ ਬੜਾ ਕਹਿਣਾ ਤੇ ਮੇਰੇ ਪਿਤਾ ਜੀ ਨੇ ਵੀ ਕਦੀ ਮੈਨੂੰ ਕਿਹਾ ਕਿ ਤੂੰ ਇਹ ਕੀ ਕਰਨਾ ਕੀ ਨਹੀਂ ਕਰਨਾ ਐਸਾ ਕੁਝ ਨਹੀਂ ਉਹ ਕਹਿੰਦੇ ਤੁਸੀਂ ਆਪਣੇ ਸਿਰ ਬਸਿਰ ਜਿੱਦਾਂ ਜੀ ਤੁਹਾਨੂੰ ਠੀਕ ਲੱਗਦਾ ਉਹ ਚੱਲੋ اور میری ماں نے اور میری میری সিস্টر نے بہت زیادہ ਮੈਨੂੰ ਅੱਜ ਤੱਕ ਹੀ ਮੈਂ ਬੜੀ ਬੜੀ ਮੇਰਾ ਮਨ ਕਈ ਕਈ ਉਦਾਸ ਹੋ ਜਾਂਦਾ ਤੇ ਉਹ ਮੈਨੂੰ سپورਟ ਕਰਦੇ ਬਿਲਕੁਲ ਉਹ ਸਭ ਤੋਂ ਜ਼ਿਆਦਾ ਮੇਰੀ ਮਾਂ ਦਾ ਮੈਂ ਜਿਹੜੀ ਜਿਹੜੀ ਸ਼ੁਰੂਆਤ ਸੀ ਜੇ ਤੁਸੀਂ ਜ਼ਿਕਰ ਕੀਤਾ ਨਾ ਸਕੂਲ ਦੀ ਜਿਹੜੀ ਵਿਦਿਆਰਥਣਾ ਸੀ ਉੱਥੇ ਜਦੋਂ ਹਰਮੋਨੀਆ ਪਲੇ ਕਰਦੀ ਸੀ ਮੇਰਾ ਵੀ ਖੇਚ ਹੁੰਦੀ ਸੀ ਮੈਂ ਇਦਾਂ ਕਰ ਸਕਾਂ ਉਹ ਕੀ ਕਰ ਸਕਾ ਮਤਲਬ ਹਰਮੋਨੀ ਵਜਾ ਸਕਾ ਜਾਂ ਗਾ ਸਕਾ ਨਹੀਂ ਕਿਉਂ ਇਹ ਵੀ ਦੋ ਚੀਜ਼ਾਂ ਵੱਖਰੀ ਵੱਖਰੀ ਹੋ ਜਾਂਦੀਆਂ ਨੇ ਵੀ ਤੁਹਾਨੂੰ ਵਜਾਉਣ ਦਾ ਸ਼ੌਂਕ ਸੀ ਕਿ ਮੇਰੇ ਕੋਲ ਹਰਮੋਨੀ ਹੋਏ ਤਾਂ ਮੈਂ ਵੀ ਇਦਾਂ ਦਾ ਵਜਾਵਾਂ ਕਿ ਜੇ ਮੈਂ ਵੀ ਇਦਾਂ ਗਾਵਾਂ ਇਹ ਚ ਕੋਈ ਡਿਫਰੈਂਸ ਨਹੀਂ ਹੈ ਦੋਨੋਂ ਚੀਜ਼ਾਂ ਕੱਟੀਆਂ ਸੀ ਐਕਚੁਅਲੀ ਤੁਹਾਨੂੰ ਇਹਦੇ ਵਿੱਚ ਨਾ ਮਾਣ ਵਾਲੀ ਗੱਲ ਆ ਇੱਕ ਹੁੰਦਾ ਵਾ ਹੰਕਾਰ ਵਾਲੀ ਵੀ ਬੜੀ ਅਲੱਗ ਗੱਲ ਹੋ ਜਾਂਦੀ ਐਕਚੁਅਲੀ ਉਹ ਹਰਮੋਨੀਅਮ ਵਜਾਉਣਾ ਤੇ ਨਾਲ ਟੀਮ ਨੂੰ ਲੀਡ ਕਰਨਾ ਜੀ ਲਗਭਗ ਮੇਰਾ ਮੇਰੀ ਅਟਰੈਕਸ਼ਨ ਉਸ ਜਗ੍ਹਾ ਤੇ ਹੁੰਦੀ ਸੀ ਕਿ ਮੈਂ ਆਪਣੀ ਟੀਮ ਨੂੰ ਲੀਡ ਕਰਾਂ ਹੂੰ ਜਿਹੜੀ ਮੇਨ ਹੈ ਔਰ ਇਹੋ ਹੀ ਕਾਰਨ ਰਿਹਾ ਹੈ ਕਿ ਮੈਂ ਸਭ ਨਾਲੋਂ ਅਲੱਗ ਹੀ ਰਿਹਾ ਵਾਂ ਮੇਰੀ ਸੋਚ ਵੱਖਰੀ ਰਹੀ ਆ ਔਰ ਜਿਹਦੇ ਕਰਕੇ ਸ਼ਾਇਦ ਮੈਂ ਅਜੇ ਤੱਕ ਕੋਈ ਪ੍ਰੋਫੈਸ਼ਨਲੀ ਆਪਣਾ ਡਿਸੀਜਨ ਨਹੀਂ ਲੈ ਪਾਇਆ ਜੀ ਜੀ ਔਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਲਾਈਫ ਦੇ ਵਿੱਚ ਜਿਹੜੀਆਂ ਸਾਨੂੰ ਸਟਰਗਲ ਕਰਾਉਂਦੀਆਂ ਨੇ ਮੈਂ ਤਾਂ ਕਿੰਨਾ ਸਟਰਗਲ ਦੇ ਵਿੱਚ ਫਿਰ ਜਦੋਂ ਤੁਸੀਂ ਜਦੋਂ ਵਕ ਵਕ ਜਦੋਂ ਪਹਿਲਾਂ ਤਾਂ ਸਕੂਲ ਦੇ ਅਧਿਆਪਕ ਸੀ ਤੁਸੀਂ ਉਸ ਤੋਂ ਘਰੋਂਦੇ ਦੇ ਉਸ ਤਰ੍ਹਾਂ ਫਿਰ ਕਿਦਾਂ ਉਸਤਾਦ ਦੀ ਉਸਤਾਦ ਦੀ ਸ਼ਾਗਿਰਦੀ ਵੀ ਕੀਤੀ ਜਾਂ ਕਿਹੜੇ-ਕਿਹੜੇ ਸੰਘਰਸ਼ ਵਿੱਚ ਲੰਘਣਾ ਪਿਆ ਇੱਥੇ ਤੱਕ ਪਹੁੰਚਣ ਵਾਸਤੇ ਇਹਦੇ ਵੀ ਬੜਾ ਲੰਬਾ ਸਫ਼ਰ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜੇ ਸ਼ਬਦਾਂ ਜੀ ਇਹਨੂੰ ਬਿਆਨ ਕਰਾਂ ਜੀ ਜਦੋਂ ਸਕੂਲ ਦੇ ਵਿੱਚ ਲਗਭਗ ਮੈਨੂੰ ਲੱਗਣਾ ਮੈਨੂੰ ਇੰਟਰਸਟ ਬਣਨਾ ਤੇ ਜੀ ਮੈਂ ਫਿਰ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਇੱਕ ਸ਼ਬਦ ਸਿੱਖ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਚੱਲਦਾ ਗਿਆ ਹੂੰ ਫਿਰ ਮੈਨੂੰ ਜਿੱਦਾਂ ਕਈ ਸਿਆਣੇ ਬੰਦੇ ਮਿਲਦੇ ਆ ਤੇ ਉਹ ਕਹਿੰਦੇ ਵੀ ਕਾਕਾ ਤੂੰ ਬਹੁਤ ਸੋਹਣਾ ਗਾਉਂਦਾ ਹੈਂ ਹੂੰ ਤੂੰ ਹੋਰ ਵੀ ਵਧੀਆ ਗਾ ਸਕਦਾ ਜੇ ਤੈਨੂੰ ਕੋਈ ਚੰਗਾ ਉਸਤਾਦ ਮਿਲ ਜਾਵੇ ਬਿਲਕੁਲ ਮੈਂ ਕਹਾਂ ਜੀ ਮੈਨੂੰ ਪਤਾ ਨਹੀਂ ਉਸਤਾਦ ਕੀ ਹੁੰਦੇ ਆ ਜਾਂ ਕਿਸ ਤਰ੍ਹਾਂ ਚੌਥੀ ਪੰਜਵੀਂ ਦੀ ਕਲਾਸ ਦੀ ਗੱਲ ਹੋਣੀ ਆ ਹੂੰ ਹੂੰ ਤੇ ਲਗਭਗ 1997 98 ਦੀ ਗੱਲ ਹੈ ਨਾ ਮੈਨੂੰ ਉਹਨਾਂ ਨੇ ਦੱਸਿਆ ਕਿ ਇੱਥੇ ਸਾਡੇ ਲਾਗੇ ਸਾਡੇ ਸ਼ਹਿਰ ਜੀ ਉਸਤਾਦ ਨੇ ਪ੍ਰੋਫੈਸਰ ਬੂਟਾ ਸਿੰਘ ਜੀ ਉਹਨਾਂ ਦੇ ਕੋਲੋਂ ਤੂੰ ਸਿੱਖ ਕਿਉਂ ਕਿ ਉਹ ਰਾਗਾਂ ਦੇ ਬੜੇ ਮਾਹਰ ਨੇ ਹੂੰ ਬਿਲਕੁਲ ਬਹੁਤ ਨਾਮ ਜਦੋਂ ਮੈਂ ਇਹ ਚ ਹੀ ਸੁਣਿਆ ਵੀ ਰਾਗਾਂ ਦੇ ਮਾਹਰ ਨੇ ਰਾਗ ਕੀ ਹੁੰਦੇ ਆ ਮੈਨੂੰ ਇਹ ਵੀ ਨਹੀਂ ਪਤਾ ਤੇ ਉਹ ਕਹਿਣ ਲੱਗੇ ਕਿ ਤੂੰ ਉੱਥੇ ਅਪਰੋਚ ਕਰ ਹੂੰ ਤੇ ਮੈਂ ਫਿਰ ਕਈਆਂ ਨੂੰ ਪੁੱਛਿਆ ਜੀ ਉਹ ਕੌਣ ਨੇ ਕਿਸ ਤਰ੍ਹਾਂ ਫਿਰ ਮੈਂ ਉਹਨਾਂ ਤੱਕ ਅਪਰੋਚ ਕੀਤੀ ਔਰ ਜਦੋਂ ਮੈਂ ਉਹਨਾਂ ਕੋਲ ਸਿੱਖਣ ਗਿਆ ਹੂੰ ਮੇਰੇ ਖਿਆਲ ਉਸ ਤੋਂ ਲੈ ਕੇ ਅੱਜ ਤੱਕ ਹੂੰ ਉਹਨਾਂ ਕੋਲ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹਨਾਂ ਦੀ ਜਿਹੜੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਤੋਂ ਬਾਅਦ ਉਹਨਾਂ ਦੇ بیٹے ਸਰਦਾਰ ਕੁਲਦੀਪ ਸਿੰਘ ਜੀ ਸਰਹਿੰਦਰबीर ਸਿੰਘ ਜੀ ਇਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਔਰ ਮੈਂ ਇਹ ਸੋਚ ਕੇ ਨਹੀਂ ਸਿੱਖਿਆ ਮੈਂ ਸਿਰਫ ਗਾਉਣਾ ਸਿੱਖਣਾ ਚਾਹੁੰਦਾ ਸੀ ਮੈਂ ਸ਼ਬਦ ਕੀਰਤਨ ਜਾਂ ਗਾਣੇ ਦਾ ਇਹਦਾ ਕੋਈ ਮੈਨਸਰ ਮੈਂ ਸੰਗੀਤ ਸਿੱਖਣਾ ਚਾਹੁੰਦਾ ਸੀ ਔਰ ਉਹ ਉਥੋਂ ਕਿਉਂਕਿ ਉਹਨਾਂ ਨੇ ਗਾਉਂਦੇ ਹੀ ਉਹ ਗੁਰਮਤ ਸੰਗੀਤ ਕਰੀ ਉਹਨਾਂ ਨੇ ਫਿਰ ਉਹ ਉਹ ਅੱਜ ਤੱਕ ਵੀ ਮੈਂ ਉਹਨਾਂ ਨਾਲ ਜਿਹੜਾ ਜਾਰੀ ਰੱਖਿਆ ਔਰ ਜਿਵੇਂ ਜਿਵੇਂ ਮੈਨੂੰ ਸਮਝ ਆਉਂਦੀ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸ਼ਾਸਤਰੀ ਸੰਗੀਤ ਸਿੱਖਣਾ ਚਾਹੁੰਦਾ ਉਹਨਾਂ ਨੇ ਫਿਰ ਮੈਨੂੰ ਸਰਦਾਰ ਉਸਤਾਦ ਮਹਿੰਦਰ ਸਿੰਘ ਜੀ ਸਾਡੇ ਉਸਤਾਦ ਜੀ ਬਹੁਤ ਸਤਿਕਾਰਯੋਗ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਤੀ ਸਿੰਘੀ ਸਿੱਖਣਾ ਤੇ ਉਹਨਾਂ ਕੋਲੋਂ ਸਿੱਖੋ ਹੂੰ ਫਿਰ ਮੈਂ ਉਹਨਾਂ ਕੋਲ ਲਗਭਗ 2005-6 ਦੇ ਵਿੱਚ ਮੈਂ ਉਹਨਾਂ ਕੋਲ ਗਿਆ ਔਰ 6-7 ਸਾਲ ਮੈਂ ਉਹਨਾਂ ਦੇ ਇੰਟਾ ਚ ਰਿਹਾ ਹੂੰ ਹੂੰ ਫਿਰ ਜੋ ਮੇਰੇ ਜਿਹੜੇ ਕਹਿੰਦੇ ਕਪਾੜ ਖੁੱਲ ਜਾਣੇ ਸੰਬੀਦ ਵਾਲੇ ਵੀ ਜੋ ਮੈਨੂੰ ਉਥੋਂ ਪ੍ਰਾਪਤੀ ਹੋਈ ਆ ਜੀ 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 ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਉਹ ਤੋਂ ਬਾਅਦ ਫਿਰ ਮੇਰੀ ਸੈਟੀਸਫੈਕਸ਼ਨ ਜਿਹੜੀ ਆ ਪਹਿਲਾਂ ਸੈਟੀਸਫੈਕਸ਼ਨ ਹੁਣ ਤਾਂ ਸਿੰਘ ਜੀ ਤੁਸੀਂ ਜਿਹੜੇ ਗੀਤ ਰਿਕਾਰਡ ਹੋਏ ਤੁਹਾਡੇ ਹੁਣ ਤੱਕ ਦੇ ਇਹ ਕੇਵਲ ਧਾਰਮਿਕ ਰਏ ਜਾਂ ਲੋਕ ਗੀਤ ਦਾ ਟੱਚ ਵਿੱਚ ਰਏ ਆ ਕਿ ਇਹ ਕੇ ਤੁਸੀਂ ਮਿਕਸਰ ਲੈ ਕੇ ਚੱਲ ਰਹੇ ਆਂ ਦੇਖੋ ਜੀ ਮੇਰਾ ਜੋ ਮੇਨ ਮਕਸਦ ਆ ਉਹ ਗਾਉਣਾ ਆ ਹਮ ਤੇ ਇਹਦੇ ਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਗਾਇਕੀ ਸ਼ੁਰੂ ਕਰਦੇ ਆਂ ਜਾਂ ਸਭ ਤੋਂ ਪਹਿਲਾਂ ਲਿਰਿਕਸ ਹੁੰਦੇ ਸਾਡੇ ਕੋਲ ਹਮ ਫਿਰ ਉਹ ਇਹਦੇ ਕੀ ਭਾਵ ਆ ਫਿਰ ਉਹ ਜਿਹੜੇ ਆਪਾਂ ਉਹਨਾਂ ਨੂੰ ਪੁੱਛਦੇ ਆ ਰਾਈਟਰ ਜਿਨ੍ਹਾਂ ਨੇ ਲਿਖਿਆ ਕਿ ਇਹ ਤੁਸੀਂ ਕਿਹੜੀ ਅ ਕੀ ਫੀਲ ਹਾਂ ਕਿਹੜੇ ਭਾਗ ਦੇ ਵਿੱਚ ਤੁਸੀਂ ਇਹ ਲਿਖਿਆ ਹਮ ਫਿਰ ਉਸ ਤਰ੍ਹਾਂ ਗੇ ਕਿਉਂਕਿ ਰਾਗ ਕਿਉਂਕਿ ਰਾਗ ਵਿਦਿਆ ਮੈਂ ਸਿੱਖੀ ਹੈ ਸ਼ਾਸਤਰੀ ਸੰਗੀਤ ਮੈਨੂੰ ਹਰ ਭਾਵ ਦੇ ਰਾਗਾਂ ਦੇ ਬਾਰੇ ਨੌਲੇਜ ਹੈ ਗਈਆ ਫਿਰ ਮੈਂ ਉਹਨਾਂ ਦੇ ਸੁਰਾਂ ਵੇਖਦਾ ਵਾਂ ਕਿ ਇਹਦੇ ਨਾਲ ਇਹ ਕੰਪੋਜ਼ ਕਰਨ ਦਾ ਜਿਹੜਾ ਵੇਖ ਔਰ ਲਗਭਗ ਜਿਹੜੇ ਅਸੀਂ ਗਾਏ ਆ ਉਹ ਸਮਾਜਿਕ ਵੀ ਆ ਜੀ ਉਹ ਰੂਹਾਨੀਅਤ ਵਾਲੇ ਵੀ ਆ ਜੀ ਤੇ ਆ ਪਿੱਛੇ ਜੇ ਤਹਿਰੀਰ ਸੌਂਗ ਆਇਆ ਉਹਦੇ ਚ ਇਸ਼ਕ ਦੀ ਗੱਲ ਕੀਤੀ ਮੈਨੂੰ ਬੜਿਆਂ ਨੇ ਰਿਕਮੈਂਡ ਕੀਤਾ ਇਹ ਕਹਿੰਦੇ ਇਸ਼ਕ ਇਸ਼ਕ ਬੜਾ ਵਧੀਆ ਲੱਗਾ ਮੈਂ ਕਹਿੰਦਾ ਇਹ ਉਸ ਕਿੰਨੀ ਆ ਜਿਹੜਾ ਤੁਸੀਂ ਸਮਝਦੇ ਹੋ ਇਹ ਹਕੀਕੀ ਇਸ਼ਕ ਆ ਇਹ ਹਕੀਕੀ ਤੇ ਮਜਾਜੀ ਦੋਨਾਂ ਦਾ ਅਲੱਗ ਫਰਕ ਹੈ ਪਰ ਮੇਰੇ ਖਿਆਲ ਨਾਲ ਦੋਨਾਂ ਦੇ ਵਿੱਚ ਜਿਹੜੀ ਭਾਵ ਆ ਉਹ ਜੇ ਸੱਚਾ ਆ ਫਿਰ ਮੈਨੂੰ ਨਹੀਂ ਲੱਗਦਾ ਕੋਈ ਉਹਦੇ ਚ ਜੀ ਕੋਈ ਗੀਤ ਦੀਆਂ 17 ਅੱਜੀਆਂ ਕੋਈ ਸਾਡੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀ ਚਾਹੋ। ਸਾਡਾ ਰੀਸੈਂਟਲੀ 2-3 ਮਹੀਨੇ ਪਹਿਲਾਂ ਗੀਤ ਤਹਿਰੀਰ ਜੀ ਆ ਰਿਲੀਜ਼ ਹੋਇਆ ਹੈ। ਉਹ ਹੀ ਹੈ ਮੈਂ ਤੁਹਾਨੂੰ ਕੁਝ ਕੁ 17 ਸੁਣਾਉਣਾ। ਬਿਲਕੁਲ ਇਨਸ਼ਾਅੱਲਾ ਜੀ। ਉਹ ਤਾਂ ਅੰਬਰ ਬੋਤ ਨੇ ਇਸ ਤੋਂ ਪਰਾ ਉਸ ਤੋਂ ਪਰਾ ਪਰ ਅੰਬਰਾਂ ਤੋਂ ਸੋਹਣਾਂ ਲੰਬੀ ਉਡਾਰੀ ਇਸ਼ਕ ਦੀ। ਦਰਦੀ ਹੈ ਸਾਡੇ قافਲੇ ਨੂੰ راہ ਖਾਂਦੀ ਚਾਨਣੀ ਮਾਰੂਥਲਾ ਵਿੱਚ ਚੱਲਦੀ ਹੈ ਚਾਂਦ ਮਾਰਿਸ਼ਕ ਦੀ ਬਹੁਤ ਖੂਬ ਜੀ ਬਹੁਤ ਖੂਬ ਬੜਾ ਵਧੀਆ ਜਿਹੜਾ ਇੱਕ ਗੀਤ ਸੀਗਾ ਤਹਿਰੀਰ ਮੈਂ ਜਦੋਂ ਸੁਣਿਆ ਸੀਗਾ YouTube ਤੇ ਵੀ ਔਰ ਬਹੁਤ ਪਿਆਰਾ ਗੀਤ ਹੈ ਜਰੂਰ ਉੱਥੇ ਵਿਜ਼ਿਟ ਕਰਕੇ ਦੇਖਿਓ ਤਹਿਰੀਰ Song ਜਿਹੜਾ ਹੈ ਗਾਇਆ ਹੋਇਆ ਗੀਤ ਜਿਹੜੇ ਤੁਸੀਂ ਚੁਣੇ ਆ ਇਹਦੇ ਜਿਹੜੇ ਗੀਤਕਾਰ ਕੌਣ ਸੀਗੇ ਇਹ ਜੀ ਇਹਦਾ ਵੀ ਬੜਾ ਇੱਕ ਇਹ ਵੀ ਘਟਨਾ ਮੇਰੀ ਬਹੁਤ ਮਤਲਬ ਯਾਦਗਾਰ ਘਟਨਾ ਆ ਜਿਹੜੇ ਜਿਹਦੇ ਵਿੱਚ ਇਹ ਮੈਨੂੰ ਮਿਲੇ ਆ ਐਕਚੁਅਲੀ ਮੈਂ ਬਾਜ਼ਾਰ ਆਪਣੇ ਦੋਸਤ ਦੀ ਦੁਕਾਨ ਤੇ ਕੋਈ ਸਮਾਨ ਖਰੀਦਣ ਗਿਆ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਸੰਦੀਪ ਕੀ ਕਰਦਾ ਤੇ ਮੈਂ ਕਿਹਾ ਜੀ ਮੈਂ ਰਿਕਾਰਡਿੰਗ ਦਾ ਮੇਰਾ ਕੰਮ ਹੈ ਮੈਂ ਰਿਕਾਰਡਿੰਗ ਕਰਦਾ ਆ ਗਾਣੇ ਮਿਊਜ਼ਿਕ ਬਣਾਉਂਦੇ ਆ ਜੀ ਤੇ ਉਹਦੇ ਆ ਭਾਜੀ ਐ ਇਹ गाने लिखदे ने जे किसी सिंगर ਨੂੰ ਲੋਡ ਪਵੇ ਅੱਛਾ ਇਹ ਗੱਲ 4 ਸਾਲ ਪੁਰਾਣੀ ਆ ਅੱਛਾ ਜੀ ਤੇ ਉਸ ਤੋਂ ਪਹਿਲਾਂ ਮੇਰਾ ਕੋਈ ਗਾਣੇ ਗਾਉਣ ਦਾ ਕੋਈ ਮਕਸਦ ਹੀ ਕੁਝ ਹੈ ਹੀ ਨਹੀਂ ਸੀ ਹੂੰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਮੈਂ ਗਾਣੇ ਲਿਖਦਾ ਆਂ ਤੁਸੀਂ ਮੈਂ ਗਾਣੇ ਸੁਨੇ ਵੀ ਮੈਨੂੰ ਕੁਝ ਵਧੀਆ ਨਹੀਂ ਲੱਗਾ ਹੂੰ ਨਾਲੇ ਮੇਰਾ ਇੰਟਰਸਟ ਨਹੀਂ ਸੀ ਹੂੰ ਤੇ ਸਾਲ ਕੁ ਲੰਘਿਆ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕੋਈ ਕਾਰਨ ਬਣੇ ਕੁਝ ਜੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਤੁਸੀਂ ਕੋਈ ਛੋਟੇ ਸ਼ਹਿਬਜ਼ਾਦਿਆਂ ਦਾ ਕੋਈ ਕੁਝ ਲਿਖ ਸਕਦੇ ਹੋ ਜੀ ਉਹਦੇ ਮੇਰੇ ਕੋਲ ਹੈ ਤੇ ਨਹੀਂ ਆ ਮੈਂ ਕੋਸ਼ਿਸ਼ ਕਰਾਂਗਾ ਅੱਛਾ ਜੀ ਔਰ ਇਹ ਸਭ ਜਾਣਦੇ ਨੇ ਜਿਹੜੇ ਸੰਗੀਤਕਾਰ ਨੇ ਜਾਂ ਜਿਹੜੇ ਲਿਖਤ ਲਿਖਦੇ ਤੁਹਾਨੂੰ ਵੀ ਇਸ ਬਾਰੇ ਬਹੁਤ ਨੋਲਜ ਹੋਏ ਜੀ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਰੋਟੀ ਖਾਣ ਲੱਗਿਆ ਹੂੰ ਰਾਤ ਨੂੰ ਰੋਟੀ ਖਾਣ ਲੱਗਿਆ ਮੇਰੇ ਦਿਮਾਗ 'ਚ ਆਇਆ ਕਿ ਭਾਜੀ ਨੇ ਗਾਣਾ ਮੰਗਿਆ ਤੇ ਆਪਾਂ ਕੁਝ ਲਿਖੀਏ ਜੀ ਆਂਦੇ ਰੋਟੀ ਖਾਣ ਲੱਗਿਆ ਮੈਂ ਪਹਿਲੀ ਲਾਈਨ ਸ਼ੁਰੂ ਕੀਤੀ ਆ ਰੋਟੀ ਖਤਮ ਹੋਈ ਆ ਤੇ ਕਹਿੰਦੇ ਸਾਰਾ ਗੀਤ ਲਿਖਿਆ ਗਿਆ 5 ਮਿੰਟ ਤੇ ਉਹ ਕਹਿੰਦੇ ਮੈਂ ਲਿਖ ਕੇ ਤੇ ਮੈਨੂੰ ਨਾਲ ਹੀ ਕਾਲ ਆ ਗਈ ਤੇ ਮੈਂ ਕਹਾ ਮੇਰੇ ਤੇ 8 ਵਜੇ ਗੱਲ ਹੋਈ ਆ ਤੁਹਾਡੇ ਨਾਲ ਤੇ 10 ਵਜੇ ਤੁਸੀਂ ਗਾਣਾ ਵੀ ਲਿਖ ਲਿਆ ਤੇ ਉਹ ਕਹਿੰਦੇ ਵੀ ਬਸ ਪਤਾ ਨਹੀਂ ਲੱਗਾ ਇਹ ਦੁਰਦਾ ਗਿਆ ਦੁਰਦਾ ਗਿਆ ਉਹ ਗਾਣ ਦੇ ਬੋਲ ਯਾਦ ਹੁੰਦੇ ਵੈ ਜੀ ਇਸ ਗੀਤ ਦੇ ਬੋਲ ਨੇ ਮੰਗਰਤ ਕਟਾ ਕੇ ਸਿਰ ਬਚਾ ਕੇ ਜਉਂਦਿਆ ਰਹਿ ਕੇ ਕਰਨਾ ਕੀ ਪੋਤੇ ਹਾਂ ਤੇਗ ਬਹਾਦਰ ਦੇ ਤੇਰੀਆਂ ਤੇਗਾਂ ਦੇ ਕੋਲ ਡਰਨਾ ਕੀ ਗੈਰਤ ਕਟਾ ਕੇ ਸਿਰ ਬਚਾ ਕੇ ਜਉਂਦਿਆ ਰਹਿ ਕੇ ਕਰਨਾ ਕੀ ਵਾਹ ਜੀ ਵਾਹ ਬਹੁਤ ਵਧੀਆ ਬੜਾ ਪਿਆਰਾ ਜਿਹਾ ਗੀਤ ਸਹਿਬਜ਼ਾਦਿਆਂ ਦੇ ਵੱਲੋਂ ਇੱਕ ਜਿਹੜੀ ਗੱਲ ਕਹੀ ਜਾ ਰਹੀ ਹੈ ਸਿੰਘਦੀਪ ਜੀ ਜਿਹੜੀ ਹਰਮੋਨੀਅਮ ਦੀ ਗੱਲ ਤੋਂ ਸੰਗੀਤ ਦੀ ਗੱਲ ਕੀਤੀ ਹੈ ਇਹਦੇ ਵਿੱਚ ਹੋਰ ਇਨਸਟਰੂਮੈਂਟ ਬਹੁਤ ਜ਼ਿਆਦਾ ਹੁੰਦੇ ਆ ਤੁਸੀਂ ਹਰਮੋਨੀਅਮ ਚੂਜ਼ ਕੀਤਾ ਬਚਪਨ ਦੇ ਵਿੱਚ ਕਿਉਂਕਿ ਸ਼ਾਇਦ ਜੇ ਤੁਹਾਨੂੰ ਜੋ ਦੱਸਿਆ ਤੁਸੀਂ ਉਹਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਤੁਸੀਂ ਹੋਰ ਇਨਸਟਰੂਮੈਂਟਸ ਵੱਲ ਵੀ ਧਿਆਨ ਦਿੱਤਾ ਉਹ ਵੀ ਬੜੀ ਖੂਬਸੂਰਤੀ ਨਾਲ ਤੁਸੀਂ ਉਹਨਾਂ ਦੀ ਅਦਾਇਗੀ ਕਰਦੇ ਹੋ ਉਹ 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 ਖਿਆਲ ਕਿੱਦਾਂ ਆਇਆ ਕਿ ਉਹ ਸੰਗੀਤ ਵਿੱਚ ਪੈਣ ਤੋਂ ਬਾਅਦ ਉਸ ਪਾਸੇ ਤੁਰੇ ਹਾਂਜੀ ਬਿਲਕੁਲ ਇਹ ਜੀ ਜਿਹੜੀ ਵਾਇਲਨ ਹੈ ਨਾ ਜੀ ਮੈਨੂੰ ਲਗਭਗ ਜਦੋਂ ਮੈਂ ਰਾਗ ਸਿੱਖਣੇ ਸ਼ੁਰੂ ਕਰ ਦਿੱਤੇ ਸੀ ਹਾਂਜੀ ਮੈਨੂੰ ਵਾਇਲਨ ਬੜੀ ਅਟਰੈਕਟ ਕਰਦੀ ਸੀ ਜੀ ਮਤਲਬ ਮੈਨੂੰ ਲੱਗਣਾ ਕਿ ਇਹ ਇਹ ਚੀਜ਼ ਮੈਨੂੰ ਸਿੱਖਣੀ ਆ ਹਮ ਤੇ ਔਰ ਇਸ ਚੀਜ਼ ਨੂੰ ਮੈਂ ਕਿਉਂਕਿ ਵਾਇਲਨ ਦੇ ਸਾਡੇ ਸ਼ਹਿਰ ਚ ਕੀ ਸਾਡੀ ਸਟੇਟ ਦੇ ਵਿੱਚ ਹੀ ਬਹੁਤੇ ਵਾਇਲਨ ਪਲੇਅਰ ਨਹੀਂ ਹੈਗੇ ਹਮ ਤੇ ਮੈਂ ਵਾਇਲਨ ਖਰੀਦ ਕੇ ਜੀ ਉਹ ਉਹਦੇ ਤੇ ਸਰਗਮਾ ਕਿਉਂਕਿ ਸਰਗਮਾ ਆਉਂਦੀਆਂ ਸੀ ਮੈਂ ਕੱਢਣੀਆਂ ਸ਼ੁਰੂ ਕਰਤੀਆਂ ਔਰ ਕਿਸੇ ਨੂੰ ਪੁੱਛਿਆ ਉਦੋਂ ਕਿਹੜਾ YouTube ਤੇ ਪਤਾ ਲੱਗ ਜਾਂਦਾ ਵੀ ਕੀ ਕਰਨਾ ਕਿੰਨਾ ਤੇ ਉਦੋਂ ਫਿਰ ਮੈਂ ਕਿਸੇ ਨੂੰ ਪੁੱਛਿਆ ਤੇ ਉਹ ਕਹਿੰਦੇ ਸਾਰੇ ਗਾਵਾਂ ਇਦਾਂ ਨਿਕਲਣਾ ਆ ਇਸ ਦਾ ਉਹ ਮੈਂ ਉਹਨੂੰ ਕੱਢਦਾ ਰਹਿਣਾ ਕਰਦਾ ਰਹਿਣਾ ੋਲੀ-ੋਲੀ ਕਰਕੇ ਉਹਦੇ ਤੇ ਮੈਂ ਥੋੜੀਆਂ-ਥੋੜੀਆਂ ਧੁਨਾ ਸ਼ੁਰੂ ਕਰਤੀਆਂ ਕਿਉਂਕਿ ਇਧਰ ਕਲਾਸਿਕ ਮੇਨ ਗੱਲ ਇਹ ਆ ਕਿ ਜਿਹੜੀ ਸਾਡੀ ਤਾਲੀਮ ਜਿਹੜਾ ਬੇਸ ਸਾਡਾ ਕਲਾਸਿਕਲ ਆ ਸ਼ਾਸਤਰੀ ਸੰਗੀਤ ਦਾ ਜਾਂ ਗੁਰਮਤ ਸੰਗੀਤ ਦਾ ਜੇ ਅਸੀਂ ਸੁਰ ਨੂੰ ਤੇ ਰਾਗ ਨੂੰ ਤਾਲ ਨੂੰ ਸਮਝਦੇ ਆਂ ਫਿਰ ਮੇਰੇ ਖਿਆਲ ਨਾਲ ਕੋਈ ਵੀ ਇਨਸਟਰੂਮੈਂਟ ਉਹ ਔਖਾ ਨਹੀਂ ਹੈਗਾ ਬਿਲਕੁਲ ਬਿਲਕੁਲ ਤੇ ਉਸਬੰਧ ਉਹਦਾ ਤਾਲ ਲੈ ਇਹਦੇ ਨਾਲ ਹੀ ਆ ਨਾ ਬਿਲਕੁਲ ਤੇ ਜਿਹੜਾ ਵਾਇਲਨ ਦੇ ਨਾਲ ਫਿਰ ਵਜਾਉਣ ਕਰਕੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 2004 ਦੇ ਵਿੱਚ ਮੈਂ ਹਰਮਨਦੇਵ ਸਾਹਿਬ ਵਾਇਲਨ ਪਲੇ ਵੀ ਕੀਤੀ ਆ ਅੱਛਾ ਜੀ ਤੇ ਉਦੋਂ ਮਤਲਬ ਮੈਂ ਪਰਫੈਕਟ ਹੋ ਚੁੱਕਾ ਸੀ ਹੂੰ ਤੇ ਜਿਹੜੇ ਜਥੇ ਨਾਲ ਮੈਨੂੰ ਮੌਕਾ ਮਿਲਿਆ ਵਾਇਲਨ ਪਲੇ ਕਰਨ ਦਾ ਉਹ ਕਹਿੰਦੇ ਵੀ ਸਾਡੇ ਨਾਲ ਉਹ ਕਹਿੰਦੇ ਕਿ ਸਾਜ਼ ਕੋਈ ਹੋਵੇ ਤੇ ਸਾਨੂੰ ਹਾਜ਼ਰੀ ਮਿਲੇਗੀ ਤੇ ਤੂੰ ਵਜਾ ਦੇ ਅੱਛਾ ਜੀ ਮੈਂ ਕਿਹਾ ਜੀ ਮੈਂ ਤੇ ਮੈਂ ਕੋਸ਼ਿਸ਼ ਕਹਿੰਦੇ ਤੈਨੂੰ ਆਉਂਦਾ ਵਧੀਆ ਉਹ ਥੋੜੀ ਬਹੁਤੀ ਉਹਨਾਂ ਨੇ ਸੈਟਿੰਗ ਕਰਾਈ ਅੱਛਾ ਜੀ ਉੱਥੇ ਜਾ ਕੇ ਪਲੇ ਕੀਤੀ ਬੜਾ ਮਾਣ ਮਿਲਿਆ ਬਹੁਤ ਉਹਦੇ ਨਾਲ ਈਟੀਸੀ ਪੰਜਾਬੀ ਚੈਨਲ ਤੇ ਹੁੰਦੀ ਹਾਂ ਹਾਂ ਈਟੀਸੀ ਹੁੰਦਾ ਸਭ ਤੇ ਉਹਦੀ ਰਿਕਾਰਡਿੰਗ ਵੀ ਕੀਤੀ ਉਹਨਾਂ ਨੇ ਮੇਰੇ ਕੋਲ ਹੈ ਨਹੀਂ ਉਹ ਪਰ ਮੈਂ ਕੋਸ਼ਿਸ਼ ਕਰਾਂਗਾ ਜੇ ਮਿਲ ਜੇ ਉਸ ਤੋਂ ਬਾਅਦ ਫਿਰ ਹਰਮੰਦਰ ਸਾਹਿਬ ਹੀ ਉਹਨਾਂ ਨੇ ਆਖਿਆ ਕਿ ਵਾਇਲਨ ਜਿਹੜੀ ਆ ਇਹ ਨਹੀਂ ਸਾਜ ਗੁਰਮਤਿ ਚ ਨਹੀਂ ਪਰਵਾਣ ਤੇ ਤੁਸੀਂ ਹੋਰ ਕੋਈ ਸਾਜ ਸਿੱਖੋ ਔਰ ਮੈਂ ਉਸ ਚੀਜ਼ ਤੋਂ ਪ੍ਰੇਰਿਤ ਹੋ ਕੇ ਫਿਰ ਦਿਲਰੁਬਾ ਜਿਹੜੀ ਖਰੀਦੀ ਔਰ ਦਿਲਰੁਬਾ ਵਾਇਲਨ ਐਕਚੁਅਲੀ ਇਹ ਵੀ ਇਹਦੇ ਨਾਲ ਨਾਲ ਚੱਲਦੇ-ਚੱਲਦੇ ਕਿਉਂਕਿ ਸਾਜਾਂ ਦਾ ਸੰਗੀਤ ਦਾ ਅੰਦਰ ਜਿੱਦਾਂ ਕਹਿ ਲੋ ਕਿ ਗੁਬਾਰ ਭਰਿਆ ਸੀ ਤੇ ਉਹ ਮੈਂ ਸਿਤਾਰ ਵੀ ਸਿੱਖੀ ਮੈਂ ਦਿਲਰੁਬਾ ਵੀ ਪਲੇ ਕੀਤੀ ਮੈਂ ਸਿਤਾਰ ਸਿੱਖੀ ਆ ਵਾਇਲਨ ਤੇ ਦਿਲਰੁਬਾ ਜਿਹੜੀ ਉਹ ਮੈਂ ਖੁਦ ਆਪ ਉਸ ਚੋਂ ਜਿਹੜਾ ਉਹਦੇ ਤੇ ਚੋਂ ਤੁਨਾ ਕੱਢਣੀਆਂ ਜਾਂ ਉਹਦੇ ਤੇ ਮਿਹਨਤ ਕਰਨੀ ਸ਼ੁਰੂ ਕਰਤੀ ਜੀ ਔਰ ਨਾਲ ਨਾਲ ਤਬਲਾ ਤੇ ਹਾਰਮੋਨੀਅਮ ਤੇ ਹਰ ਹਰਗੇ ਨੂੰ ਸਿੱਖਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਲਗਭਗ ਇਹ ਸਾਰੇ ਇਨਸਟਰੂਮੈਂਟ ਜਿਹੜੇ ਸੈਂ ਜੀ ਵਸੇ ਹੁੰਦਾ ਹੈ ਜੀ ਹਰ ਖੇਤਰ ਦੇ ਵਿੱਚ ਨਾ ਉਸ ਖੇਤਰ ਦੇ ਮਹਾਰਥੀ ਹੁੰਦੇ ਆ ਬਿਲਕੁਲ ਤੁਸੀਂ ਲਿਖਣ ਖੇਤਰ ਦੀ ਗੱਲ ਕਰਦੇ ਆ ਤੁਸੀਂ ਅਦਾਕਾਰੀ ਦੇ ਫੀਲਡ ਚ ਚੱਲਦੇ ਆ ਗਾਇਕੀ ਦੇ ਵਿੱਚ ਚੱਲਦੇ ਆ 뮤직 ਕੰਪੋਜ਼ਰਾਂ ਦੇ ਵਿੱਚ ਚੱਲਦੇ ਆ ਬਿਲਕੁਲ ਉਨ੍ਹਾਂ ਵਿੱਚੋਂ ਇੱਕ ਮਹਰਤੀ ਬੈਠੇ ਹੁੰਦੇ ਆ ਤੇ ਉਹ ਹਮੇਸ਼ਾ ਜਿਹੜੇ ਜਿੰਨੇ ਕੋਈ ਵੱਡਾ ਹੁੰਦਾ ਉਹਨਾਂ ਸਾਡਾ ਰੋਲ ਮਾਡਲ ਹੁੰਦਾ ਹੈ ਜਿਹਦੇ ਅਸੀਂ ਤਬਲੇ ਮੈਂ ਜਿਹਦੇ ਤਬਲੇ ਨਾਲ ਸੰਬੰਧ ਰੱਖਦਾ ਤੇ ਮੈਂ ਇਹਨੂੰ ਬੈਸਟ ਤਬਲਾਵਾਦ ਕੋਲ ਮੈਂ ਕਹਾਂਗਾ ਇਹ 우ਸਤਾਦ ਆਕਿਰ ਹੁਸੈਨ ਜੀ 우ਸਤਾਦ ਤਾਰੀਖਾ ਜੀ ਇੱਕ ਰੋਲ ਮਾਡਲ ਅਸੀਂ ਮੰਨ ਕੇ ਚੱਲਦੇ ਆ ਉਹਨਾਂ ਨੂੰ ਫੋਲੋ ਕਰਨਾ ਪਸੰਦ ਕਰਦੇ ਆ ਉਹਨਾਂ ਵਰਗੇ ਬਣਨਾ ਲੋਚਦੇ ਆ ਤੁਹਾਡੀ ਜ਼ਿੰਦਗੀ ਦਾ ਵੀ ਕੋਈ ਇਦਾਂ ਦਾ ਕੋਈ ਮਿਊਜ਼ੀਸ਼ੀਅਨ ਕੋਈ ਸੰਗੀਤਕਾਰ ਜਾਂ ਕੋਈ ਗੀਤਕਾਰ ਜਾਂ ਕੋਈ ਗਾਇਕ ਰੋਲ ਮਾਡਲ ਰਿਆ ਰਿਆ ਨਹੀਂ ਰਹੇ ਨੇ ਹੈਗੇ ਵੀ ਨਹੀਂ ਆਜੇ ਵੀ ਜੀ ਮਤਲਬ ਉਹ ਇਹ ਨਹੀਂ ਆ ਕਿ 2 4 ਨੇ ਉਹ ਬਹੁਤ ਸਾਰੇ ਨੇ ਮੈਂ ਜਦੋਂ ਨਾਂ ਦੱਸਣ ਲੱਗਾ ਤੇ ਤੁਸੀਂ ਕਹੋਗੇ ਵੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਮੇਰੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਮੈਂ ਸੁਣ ਕੇ ਮੈਨੂੰ ਸੁਰ ਦੀ ਸਮਝ ਲੱਗੀ ਆ ਜੀ ਉਹ ਨੇ ਪੰਡਿਤ ਪੀਮ ਸੰਜੋਸ਼ੀ ਜੀ ਜੀ ਤੇ ਉਸ ਤੋਂ ਬਾਅਦ ਪੰਡਿਤ ਜਸਰਾਜ ਜੀ ਹੂੰ ਫਿਰ ਪੰਡਿਤ ਅਜੇ ਚੱਕਰਵਰਤੀ ਜੀ ਜੀ ਤੇ ਬਾਕੀ ਬੇਗਮ ਪਲਵੀਨ ਸੁਲਤਾਨਾ ਇਹਨਾਂ ਨੂੰ ਮੈਂ ਬਹੁਤ ਸੁਣਿਆ 우ਸਤਾਦ ਰਾਸ਼ਿਦ ਖਾਨ ਸਾਹਿਬ ਨੂੰ ਬਹੁਤ ਜੀ ਔਰ ਉਦੋਂ ਨਾ ਟੇਪਾਂ ਦੇ ਜਮਾਨੇ ਹੁੰਦੇ ਬਿਲਕੁਲ ਉਹ ਅੱਜਕੱਲ ਸੀਡੀਆਂ ਵੀ ਨਹੀਂ ਸੀ ਆਈਆਂ ਜੀ ਜੀ 2000 ਡੈਕ ਸਿਸਟਮ ਹੁੰਦਾ ਯਾਰ ਸੰਦੀ ਕੈਸਟਾ ਮਿਲਦੀ ਹੁੰਦੀ ਸੀ ਬਿਲਕੁਲ ਜੀ ਮੈਂ 2000 ਸੰ ਤੋਂ ਵੀ ਪਹਿਲਾਂ ਦੀ ਗੱਲ ਦੱਸਦਾ ਜੀ ਔਰ ਇਹ ਬੜੀ ਜਲਦੀ ਜਲਦੀ ਹੋਇਆ ਮੈਨੂੰ ਜਿਵੇਂ ਜਿਵੇਂ ਸਮਝ ਆਇਆ ਕਿ ਜਿੱਦਾਂ ਕਹਿ ਲਵਾਂ ਵੀ ਇੱਕ ਹੁੰਦਾ ਕਿ ਰੋਜ਼ 1 ਘੰਟਾ ਕੰਮ ਕਰਨਾ ਮੇਰਾ 24 ਘੰਟੇ ਹੀ ਚੱਲਦਾ ਸੀ ਡੇ ਬਾਏ ਡੇ ਮੈਂ ਅਪਡੇਟ ਹੋਣਾ ਤੇ ਮੈਂ ਲੋਕਾਂ ਨੂੰ ਪੁੱਛਣਾ ਕਿ ਮੈਨੂੰ ਕੋਈ ਰਿਕਾਰਡ ਅੱਛਾ ਇਹਨਾਂ ਦੀਆਂ ਰਿਕਾਰਡਿੰਗਾਂ ਵੀ ਨਹੀਂ ਮਿਲਦੀਆਂ ਉਸ ਟਾਈਮ ਤੇ ਤੇ ਮੈਂ ਜਿਹੜੇ ਸੰਗੀਤ ਨੂੰ ਜਿਹੜੇ ਕਿਉਂਕਿ ਸਾਡੇ ਰਾਗ ਸਭਾ ਲੱਗਦੀ ਆ ਅ ਰਿਸਰਚ ਜੀ ਤੇ ਉਥੋਂ ਦੇ ਮੈਂ ਜਿੰਨੇ ਵੀ ਪੁਰਾਣੇ ਉਹਨਾਂ ਨੂੰ ਕਹਿਣਾ ਕਿ ਤੁਹਾਡੇ ਕੋਲ ਕੋਈ ਰਿਕਾਰਡਿੰਗ ਹੋਵੇ ਤੇ ਉਹ ਮੈਨੂੰ ਦਿਓ ਉਹ ਕਹਿਣ ਮੇਰੇ ਕੋਲ ਕੈਸਟ ਹੈਗੀ ਤੋ ਰਿਕਾਰਡ ਕਰਵਾ ਕੇ ਦੇ ਵਾਪਸ ਦੇ ਦਿਤੀ ਠੀਕ ਆ ਉਹ ਮੈਂ ਇਦਾਂ ਦੀ ਕਲੈਕਸ਼ਨ ਕੀਤੀ ਮੈਂ ਲਗਭਗ 500 ਦੇ ਲੱਗੇ ਜਾ ਕੇ ਕੈਸਟ ਅੱਜ ਵੀ ਮੇਰੇ ਕੋਲ ਮੌਜੂਦ ਹੈ ਅੱਛਾ ਜੀ ਔਰ ਇੰਨੀ ਤੜਫ ਸੀ ਨਾ ਮੈਨੂੰ ਵੀ ਮੈਂ ਸਿੱਖਣਾ ਔਰ ਹੌਲੀ ਹੌਲੀ ਕਰਦੇ ਕਰਦੇ ਉਹਨਾਂ ਤੋਂ ਸੁਣ ਕੇ ਅ ਮੇਰਾ ਮਤਲਬ ਅੰਦਰ ਜਿੱਦਾਂ ਕਹਿ ਲੋ ਕਿ ਆਪਾਂ ਉਹਨਾਂ ਚੀਜ਼ਾਂ ਨੂੰ ਸੁਣਨਾ ਸਵੇਰੇ ਸ਼ਾਮ ਸਵੇਰੇ ਸ਼ਾਮ ਮੇਰੇ ਘਰ ਦੇ ਕਹਿਣਾ ਵੀ ਤੂੰ ਇਹ ਕੀ ਚੀਜ਼ਾਂ ਸੁਣਦਾ ਹੂੰ ਤੇ ਇਹ ਤੇ ਅਸੀਂ ਜਦੋਂ ਕੋਈ ਸ਼ੋਗ ਹੁੰਦਾ ਆ ਜਾਂ ਕਿਸ ਤਰ੍ਹਾਂ ਉਹ ਉਦੋਂ ਆਪਾਂ ਸੁਣਦੇ ਆ ਜਦੋਂ ਕੋਈ ਮੈਂ ਕਹਾਂ ਨਹੀਂ ਇਹ ਸੰਗੀਤ ਆ ਇਹ ਇਹ ਪਤਾ ਨਹੀਂ ਮੈਨੂੰ ਮੈਂ ਮੈਨੂੰ ਕਿਉਂ ਹੈ ਮੈਨੂੰ ਨਹੀਂ ਸਮਝ ਆਉਂਦੀ ਜਦੋਂ ਇਹ ਚੱਲਦਾ ਆ ਤੇ ਮੈਂ ਮਤਲਬ ਆਪਣੇ ਆਪ ਤੋਂ ਮਗਨ ਹੋ ਜਨਾ ਮੈਨੂੰ ਹੋਰ ਕੁਝ ਨਹੀਂ ਸੋਚਦਾ ਉਹ ਫਿਰ ਹੌਲੇਲੇ ਉਹ ਚੀਜ਼ਾਂ ਸਾਡੀ ਗਾਇਕੀ ਦਾ ਵੀ ਪ੍ਰਭਾਵ ਕਰਨੀ ਸ਼ੁਰੂ ਹੋ ਗਈਆਂ ਤੇ ਉਹ ਜਦੋਂ ਲੱਗਦਾ ਕਿ ਯਾਰ ਆਹ ਚੀਜ਼ ਉਸਤਾਦ ਜੀ ਆ ਗਾਉਂਦੇ ਸੀ ਪੰਡਿਤ ਵੀਰ ਸਿੰਘ ਜੋਸ਼ੀ ਜੀ ਗਾਉਂਦੇ ਸੀ ਉਹ ਇੰਨੀ ਵਧੀਆ ਲੱਗਦੀ ਆ ਤੇ ਮੇਰੇ ਕੋ ਵੀ ਉਹ ਫਿਰ ਜਦੋਂ ਉਹਨਾਂ ਨੂੰ ਫੋਲੋ ਕਰਦੇ ਆ ਸਾਡੀ ਜ਼ਿੰਦਗੀ ਵੀ ਉਦਾਂ ਸੁਭਾਵਿਕੀ ਜਿਹੜੀ ਆ ਉਧਰ ਤੁਰਨੇ ਸ਼ੁਰੂ ਹੋ ਜਾਂਦੀ ਹੈ ਸਾਡਾ ਗळा ਵੀ ਉਸੇ ਤਰ੍ਹਾਂ ਚੱਲਣ ਲੱਗ ਪੈਂਦਾ ਪਰ ਸਾਨੂੰ ਸੁਣਨਾ ਪੈਂਦਾ ਆ ਜੇ ਕੁਝ ਕਹਿਣਾ ਹੈ ਤਾਂ ਸੁਣਨਾ ਪੈਣਾ ਹੈ ਜੇ ਲਿਖਣਾ ਹੈ ਤੇ ਪੜ੍ਹਨਾ ਪੈਣਾ ਹੈ ਕਲਾ ਸਿੱਖ ਕੇ ਜੀ ਬਿਲਕੁਲ ਜੇ ਤੁਸੀਂ ਸਿੱਖ ਕੇ ਕੋ ਉਹ ਤੇ ਲਕੀਰ ਦਾ ਫਕੀਰ ਆ ਉਸਤਾਦ ਨੇ ਤੁਹਾਨੂੰ ਗਾਈਡ ਜ਼ਰੂਰ ਕਰ ਦੇਣਾ ਵੀ ਆਹ ਠੀਕ ਆ ਤੇ ਆਹ ਨਹੀਂ ਠੀਕ ਜੀ ਅੱਗੇ ਬਦਲਣ ਵਾਸਤੇ ਆਪਣਾ ਰਿਹਾਸ ਚਾਹੀਦਾ ਹਾਂ ਰਿਹਾਸ ਵੀ ਤਾਂ ਹੁੰਦਾ ਆ ਜੇ ਤੁਹਾਨੂੰ ਚੰਗੀ ਸਰੋਤ ਆ ਚੰਗੀ ਸਰੋਤ ਜੇ ਤੁਸੀਂ ਸੁਰੀਲੇ ਬੰਦੇ ਨੂੰ ਸੁਣੋਗੇ ਤਾਂ ਸੁਰ ਚ ਆਪੇ ਹੋ ਜੂਗੀ ਬਿਲਕੁਲ ਜੀ ਬਿਲਕੁਲ ਹਾਂ ਇਹ ਇਹ ਜ਼ਰੂਰੀ ਆ ਬਹੁਤ ਜੀ ਜੀ ਬਿਲਕੁਲ ਸਮਾਂ ਕਿਉਂਕਿ ਸਮਾਪਤੀ ਵੱਲ ਜਾ ਰਿਹਾ ਆਪਣਾ ਇੱਕ ਸਵਾਲ ਮੇਰਾ ਜਿਹੜਾ ਹੈਗਾ ਜੀ ਨੈਕਸਟ ਪ੍ਰੋਜੈਕਟ ਕੀ ਹੈਗੇ ਆਪਣੇ ਕਿੰਧਾ ਦੇ ਗੀਤ ਜਿਹੜੇ ਸਾਨੂੰ ਗਾ ਸੁਣਨ ਵਾਸਤੇ ਮਿਲਣਗੇ ਜਾਂ ਕਿੰਨੇ ਗੀਤ ਇਕੱਠੇ ਲੈ ਕੇ ਆ ਰਹੇ ਆ ਜਾਂ ਸਿੰਗਲ ਟਰੈਕ ਜੇ ਤੁਸੀਂ ਪਹਿਲਾਂ ਲੈ ਕੇ ਆ ਰਹੇ ਆ ਹੁਣ ਤੱਕ ਸਿੰਗਲ ਟਰੈਕ ਆਇਆ ਵੀ ਕੋਈ ਐਲਬਮ ਦੇ ਰੂਪ ਵਿੱਚ ਕੋਈ ਤਿਆਰੀ ਹੈਗੀ ਜਾਂ ਅਜੇ ਸਿੰਗਲ ਟਰੈਕ ਹੀ ਆਪਣੇ ਆਉਣੇ ਆ ਸਿੰਗਲ ਟਰੈਕ ਤੇ ਚੱਲਦੇ ਹੀ ਰਹਿਣਗੇ ਇਹ ਕੋਸ਼ਿਸ਼ ਸਾਡੀ ਹੈਗੀ ਆ ਕਿਉਂਕਿ ਜਿਵੇਂ ਜਿਵੇਂ ਸਾਡੇ ਗੀਤਾ ਨੂੰ ਪਿਆਰ ਮਿਲਦਾ ਆ ਉਦਾਂ ਉਦਾਂ ਸਾਨੂੰ ਇੱਕ ਪ੍ਰੇਰਣਾ ਮਿਲਦੀ ਆ ਕਿ ਹੋਰ ਸਾਡੇ ਜਿਹੜਾ ਮਨ ਨੂੰ ਖੇੜਾ ਹੁੰਦਾ ਹੈ ਅੰਦਰ ਕਿ ਅਸੀਂ ਸਹੀ ਤਰੀਕੇ ਨਾਲ ਸਹੀ ਰਾਹ ਤੇ ਚੱਲ ਰਹੇ ਹਾਂ ਤੇ ਲੋਕ ਹੋਰ ਵੀ ਕਹਿੰਦੇ ਆ ਲੋਕੀ ਸਾਨੂੰ ਸਬਜੈਕਟ ਵੀ ਦਿੰਦੇ ਵੀ ਇਹ ਸਬਜੈਕਟ ਦੇ ਗੀਤ ਕਾਓ ਬਿਲਕੁਲ ਜੀ ਇਦਾਂ ਹੁੰਦਾ ਫਿਰ ਉਹ ਜੇ ਸਭ ਕੁਝ ਇਕੱਠਾ ਕਰ ਲਈਏ ਸਾਡੇ ਤਕਰੀਬਨ 100 ਤੋਂ ਉੱਪਰ ਗੀਤ ਜਿਹੜੇ ਆ ਉਹ ਆਪਾਂ ਪੜ ਚੁੱਕੇ ਹਾਂ ਵੀ ਇਹ ਕਰਨੇ ਆ ਜੀ ਪਰ ਇਹ ਨਹੀਂ ਪਤਾ ਵੀ ਉਹ ਸਾਲ ਝੋਨੇ ਦੋ ਸਾਲਾਂ 'ਚ ਤੇ ਉਹਦੇ ਲਈ ਫਿਰ ਮੈਂ ਅਜੀਤ ਵੀਰ ਜੀ ਨੂੰ ਕਿਹਾ ਮੈਂ ਕਿਹਾ ਆਪਾਂ ਇਦਾਂ ਕਰੀਏ ਕਿ ਹਰ 6 ਮਹੀਨੇ ਬਾਅਦ ਕੋਈ 10 ਗਾਣਿਆਂ ਦੀ ਜਿਹੜੀ ਕੈਸਟ ਆ ਐਲਬਮ ਜਿਹੜੇ ਪਹਿਲੇ ਜ਼ਮਾਨੇ ਚ ਹੁੰਦੀਆਂ ਨੇ ਉਹ ਹੁੰਦੇ ਸਿੰਗਲ ਟਰੈਕ ਆ ਜੀ 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 ਲੇਕਿਨ ਅੱਜ ਵੀ ਐਲਬਮ ਅਹੀਂ ਕਰ ਸਕਦੇ ਆ ਤੇ ਉਹਦਾ ਫਿਰ ਆਪਾਂ ਹਰ ਹਰ ਰੰਗ ਉੱਚ ਸੈਡ ਵੀ ਆਉਣਗੇ ਰੋਮਾਂਟਿਕ ਵੀ ਆਉਣਗੇ ਸਮਾਜਿਕ ਵੀ ਆਉਣਗੇ ਜੀ ਤੇ ਲੋਕ ਗੀਤ ਹੋ ਗਏ ਫੌਕਸ ਹੋ ਗਏ ਫੌਕਸ ਹੋ ਪਗੜੇ ਵਾਲੇ ਵੀ ਕੁਛ ਆਉਣਗੇ ਜਾਂ ਇਸ ਤਰ੍ਹਾਂ ਬਹੁਤ ਵਧੀਆ ਜਿਹੀ ਜੈਸੀ ਗਲੈਨਿੰਗ ਆਉਣ ਵਾਲੇ ਸਾਡੀ ਸਮੁੱਚੀ ਟੀਮ ਇਹ ਅਰਦਾਸ ਕਰਦੀ ਏ ਦੁਆਵਾ ਤੁਹਾਡੇ ਨਾਲ ਹੈਗੀਆਂ ਨੇ ਵੀ ਤੁਸੀਂ ਆਪਣੇ ਖੇਤਰ ਦੇ ਵਿੱਚ ਇਸੇ ਤਰ੍ਹਾਂ ਮਾਨਮਤੀਆਂ ਪ੍ਰਾਪਤੀਆਂ ਕਰਦੇ ਰਹੋ ਔਰ ਸਾਨੂੰ ਵੈਸੇ ਵੀ ਲੋੜ ਹੈਗੀ ਇੱਕ ਚੰਗੇ ਸੰਗੀਤ ਦੀ ਕਿਉਂਕਿ ਜੇ ਕਹਿੰਦੇ ਨਾ ਵੀ ਜਿੱਥੇ ਸਮਾਜ ਦੇ ਨੌਜਵਾਨ ਦੀ ਜਿਹੜੀ ਸੋਚ ਸਮਝ ਕਿੱਦਾਂ ਦੀ ਹੈਗੀ ਜਾਂ ਉਹ ਭਵਿਕਵਿਸ਼ ਕੀ ਕਰ ਸਕਦਾ ਹੈ ਇਹ ਸਮਝਣਾ ਹੋਵੇ ਨਾ ਬੜਾ ਸੋਖਾ ਹੈ ਇਹ ਪਤਾ ਕਰੋ ਵੀ ਉਹ ਸੰਗੀਤ ਕਿਦਾਂ ਦਾ ਸੁਣਦਾ ਹੈ ਸੋ ਮੈਂ ਸਮਝਦਾ ਵੀ ਇੱਥੇ ਤਾਂ ਵੈਸੇ ਵੀ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ ਅੱਜ ਇੱਕ ਚੰਗੇ ਸੰਗੀਤ ਦੀ ਚੰਗੇ ਗੀਤਕਾਰਾਂ ਦੀ ਚੰਗੇ ਗਾਇਕਾਂ ਦੀ ਜਿਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਕਿਉਂਕਿ ਸੰਗੀਤ ਬਹੁਤ ਛੇਤੀ ਉਸ ਸਿੱਦੇ ਤੌਰ ਤੇ ਜਿਹੜਾ ਆ ਉਹ ਵੱਡਾ ਪ੍ਰਭਾਵ ਸਾਡੇ ਮਾਨਸਿਕ ਦਸ਼ਾ ਉੱਤੇ ਕਿਤਨਾ ਕਿਤੇ ਜ਼ਰੂਰ ਪਾਉਂਦਾ ਆ ਇਹ ਸਭ ਤੋਂ ਚੁੱਕਿਆ ਆ ਕਿ ਕਿੰਨਾ ਵੱਡਾ ਅਸਰ ਸਾਡੇ ਦਿਲ ਔਰ ਦਿਮਾਗ ਉੱਤੇ ਸੰਗੀਤ ਕਰਦਾ ਆ ਸੋ ਖੈਰ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਔਰ ਸਾਡੇ ਸਟੂਡੀਓ ਵਿੱਚ ਪਹੁੰਚੇ ਔਰ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਦੀ ਸਾਂਝ ਪਾਈ ਆ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਮਾਣ ਦਿੱਤਾ ਔਰ ਦਰਸ਼ਕਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਸਾਨੂੰ ਸੁਣੋ ਤੇ ਸਾਨੂੰ ਸਹਿਦ ਦਿੰਦੇ ਰਹੋ ਤੇ ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਵਧਣ ਦਾ ਜਿਹੜਾ ਕਿ ਅਲੱਗ-ਅਲੱਗ ਤਰੀਕੇ ਦੇ ਆਪਾਂ ਸਮਾਜਿਕ ਜਾਂ ਧਾਰਮਿਕ ਜਾਂ ਕੋਈ ਵੀ ਐਸੇ ਮਸਲੇ ਨੇ ਉਹ ਆਪਾਂ ਆਪਣੇ ਗਾਣਿਆਂ ਰਾਹੀਂ ਪੇਸ਼ ਕਰੀਏ ਤੇ ਤੁਸੀਂ ਇਦਾਂ ਹੀ ਪਿਆਰ ਦਿਓ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ ਐਸਐਨਜੀ ਸਿੰਘਦੀਪ ਜੀ ਜਿਨ੍ਹਾਂ ਦੀ ਆਵਾਜ਼ ਬਾਕਮਾਲ ਹੈ ਔਰ ਜਿਨ੍ਹਾਂ ਦੀ ਸੁਰਲੀ ਗਾਇਕੀ ਦੇ ਜਿਹੜੇ ਬਹੁਤ ਲਿਖੇ ਹੋਏ ਔਰ ਗਾਏ ਹੋਏ ਉਹਨਾਂ ਦੀ ਆਵਾਜ਼ ਵਿੱਚ ਗੀਤ ਅਸੀਂ YouTube ਉੱਤੇ ਸੁਣ ਸਕਦੇ ਹਾਂ ਔਰ ਵਕ-ਵਕ ਜਿਹੜੇ ਮਿਊਜ਼ਿਕ ਪਲੇਟਫਾਰਮਸ ਹੈਗੇ ਨੇ ਆਨਲਾਈਨ ਉਹਨਾਂ ਉੱਤੇ ਇਹਨਾਂ ਦੇ ਗੀਤ ਜਿਹੜੇ ਤੁਸੀਂ ਜਾ ਕੇ ਸਰਚ ਕਰਕੇ ਸੁਣ ਸਕਦੇ ਹੋ ਜਿਵੇਂ ਤਹਿਰੀਰ ਦੀ ਇਹ ਗੱਲ ਕੀਤੀ ਹੈ ਰਬਾਬ ਦੀ ਗੱਲ ਕੀਤੀ ਹੈ। ਸਹਿਬ ਜ਼ਾਦੀਆਂ ਬਾਰੇ ਗੀਤ ਹੋਰ ਉਸ ਤੋਂ ਇਲਾਵਾ ਬਹੁਤ ਸਾਰੇ ਗੀਤ ਹੈਗੇ ਨੇ ਸੋ ਉਮੀਦ ਕਰਦਾ ਹਾਂ ਜੀ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਸੋ ਮਿਲਦੇ ਹਾਂ ਅਗਲੇ ਹਫਤੇ ਇੱਕ ਹੋਰ ਅਜ਼ੀਮ ਸ਼ਖਸੀਅਤ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ